ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਵੀਡੀਓ ਦੇ ਵਿੱਚ ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ ਆਪ ਸੰਗਤ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਸਾਕਾ ਸ੍ਰੀ ਨਨਕਾਣਾ ਸਾਹਿਬ ਇੱਕ ਇਤਿਹਾਸਿਕ ਸ਼ਹੀਦੀ ਸਾਕਾ ਹੈ। ਇਸ ਸਾਕੇ ਉਪਰੰਤ ਸਿੱਖ ਸੰਗਤਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਤਹਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੀ ਸੇਵਾ ਸੰਭਾਲ ਦਾ ਅਧਿਕਾਰ ਪ੍ਰਾਪਤ ਹੋਇਆ ਸੀ, ਪਰ ਇਸ ਪ੍ਰਾਪਤੀ ਲਈ ਸਿੱਖਾਂ ਨੂੰ ਮਹਾਨ ਕੁਰਬਾਨੀਆਂ ਦੇਣੀਆਂ ਪਈਆਂ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਉੱਤੇ ਮਹੰਤ ਨਾਰਾਇਣ ਦਾਸ ਦਾ ਕਬਜ਼ਾ ਸੀ। ਮਹੰਤ ਨਾਰਾਇਣ ਦਾਸ ਅਤੇ ਉਸ ਦੇ ਸਾਥੀ ਗੁਰਦੁਆਰੇ ਅੰਦਰ ਸ਼ਰਾਬ ਪੀਂਦੇ ਅਤੇ ਅਨੇਕਾਂ ਹੋਰ ਪਾਪ ਕਮਾਉਂਦੇ ਸਨ। ਜਦ ਇਸ ਦੀ ਖਬਰ ਸਿੱਖ ਪੰਥ ਨੂੰ ਹੋਈ ਤਾਂ ਉਹਨਾਂ ਨੇ ਇਹਨਾਂ ਗੱਲਾਂ ਦਾ ਬਹੁਤ ਬੁਰਾ ਮਨਾਇਆ ਅਤੇ ਗੁਰਦੁਆਰਾ ਸਾਹਿਬ ਨੂੰ ਮਹੰਤ ਦੇ ਕਬਜ਼ੇ ਤੋਂ ਮੁਕਤ ਕਰਾਉਣ ਦਾ ਫੈਸਲਾ ਕੀਤਾ। ਸ੍ਰੀ ਨਨਕਾਣਾ ਸਾਹਿਬ ਵਿੱਚ ਇਹਨਾਂ ਕੁਰੀਤੀਆਂ ਨੂੰ ਰੋਕਣ ਲਈ ਅਕਤੂਬਰ 1920 ਦੇ ਵਿੱਚ ਪਿੰਡ ਧਾਰੋਵਾਲੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਭਾਰੀ ਦੀਵਾਨ ਸਜਾਇਆ ਗਿਆ। ਇਸ ਦੀਵਾਨ ਵਿੱਚ ਸਾਰੇ ਮਸਲੇ ਉੱਪਰ ਵਿਚਾਰ ਕੀਤੀ ਗਈ ਅਤੇ ਇੱਕ ਗੁਰਮਤੇ ਰਾਹੀਂ ਮਹੰਤ ਨੂੰ ਆਪਣਾ ਅਤੇ ਗੁਰਦੁਆਰੇ ਦਾ ਪ੍ਰਬੰਧ ਠੀਕ ਕਰਨ ਲਈ ਕਿਹਾ ਗਿਆ, ਪਰ ਮਹੰਤ ਨੇ ਸੁਧਾਰ ਕਰਨ ਦੀ ਥਾਂ 400 ਗੁੰਡੇ ਮੰਗਵਾ ਕੇ ਗੁਰਦੁਆਰੇ ਉੱਤੇ ਪਹਿਰਾ ਲਗਵਾ ਦਿੱਤਾ ਅਤੇ ਗੁਰਦੁਆਰਾ ਸੁਧਾਰਕਾਂ ਦਾ ਟਾਕਰਾ ਕਰਨ ਦੀਆਂ ਵਿਉਂਤਾਂ ਬਣਾਉਣ ਲੱਗਾ। ਉਸ ਨੇ ਹਥਿਆਰ ਅਤੇ ਗੋਲੀ ਸਿੱਕਾ ਆਦਿ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਮਹੰਤ ਦੀਆਂ ਕੁਰੀਤੀਆਂ, ਕਾਰਵਾਈਆਂ ਅਤੇ ਤਿਆਰੀਆਂ ਵੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 26 ਜਨਵਰੀ 1921 ਈਸਵੀ ਦੇ ਜਨਰਲ ਸਮਾਗਮ ਵਿੱਚ ਗੁਰਮਤਾ ਪਾਸ ਕੀਤਾ ਕਿ 4, 5 ਅਤੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿੱਚ ਸਾਰੇ ਪੰਥ ਦਾ ਭਾਰੀ ਦੀਵਾਨ ਕੀਤਾ ਜਾਵੇ। ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲੀ ਅਤੇ ਭਾਈ ਕਰਤਾਰ ਸਿੰਘ ਝੱਬਰ ਸ੍ਰੀ ਨਨਕਾਣਾ ਸਾਹਿਬ ਲਈ ਜਥੇ ਤਿਆਰ ਕਰਨ ਲੱਗੇ। ਉਹਨਾਂ ਨੂੰ ਖਬਰ ਮਿਲੀ ਕਿ ਮਹੰਤ ਨਾਰਾਇਣ ਦਾਸ ਸ੍ਰੀ ਨਨਕਾਣਾ ਸਾਹਿਬ ਆਉਣ ਵਾਲੇ ਜਥਿਆਂ ਦਾ ਕਤਲੇਆਮ ਕਰਨ ਦੇ ਮਨਸੂਬੇ ਬਣਾ ਰਿਹਾ ਹੈ। ਉਹਨਾਂ ਨੇ ਪੰਥਕ ਇਕੱਠ ਕਰਨ ਲਈ ਮਿੱਥੇ ਦਿਨ ਤੋਂ ਪਹਿਲਾਂ ਹੀ ਸ੍ਰੀ ਨਨਕਾਣਾ ਸਾਹਿਬ ਪਹੁੰਚਣ ਬਾਰੇ ਫੈਸਲਾ ਕੀਤਾ। ਉਹਨਾਂ ਨੇ 19 ਫਰਵਰੀ ਦੀ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਕੁਝ ਮੀਲ ਦੂਰ ਪਿੰਡ ਚੰਦਰਕੋਟ ਵਿਖੇ ਇਕੱਠੇ ਹੋਣਾ ਸੀ ਅਤੇ ਅਗਲੇ ਦਿਨ ਸ੍ਰੀ ਨਨਕਾਣਾ ਸਾਹਿਬ ਜਾਣਾ ਸੀ। ਦੂਜੇ ਪਾਸੇ 19 ਫਰਵਰੀ ਨੂੰ ਅਕਾਲੀ ਅਖਬਾਰ ਲਾਹੌਰ ਦੇ ਦਫ਼ਤਰ ਵਿੱਚ ਸਿੱਖ ਮੁਖੀਆਂ ਦੀ ਇੱਕ ਜ਼ਰੂਰੀ ਇਕੱਤਰਤਾ ਹੋਈ, ਜਿਸ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਪੰਥਕ ਇਕੱਠ ਵਾਸਤੇ ਮਿਤੀ ਤੋਂ ਪਹਿਲਾਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਜਾਵੇ। ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲੀ ਅਤੇ ਭਾਈ ਕਰਤਾਰ ਸਿੰਘ ਝੱਬਰ ਵੱਲ ਬੰਦੇ ਭੇਜੇ ਗਏ ਕਿ ਉਹ ਉਹਨਾਂ ਨੂੰ ਜਾਣ ਤੋਂ ਰੋਕ ਸਕਣ। ਭਾਈ ਕਰਤਾਰ ਸਿੰਘ ਜੀ ਝੱਬਰ ਤਾਂ ਰੁਕ ਗਏ, ਪਰ ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਥੇ ਦੇ ਨਾਲ ਪਿੰਡੋਂ ਚੱਲ ਪਏ ਸਨ। ਉਹ 20 ਫਰਵਰੀ 1921 ਈਸਵੀ ਨੂੰ ਸਵੇਰੇ 6 ਵਜੇ ਸ੍ਰੀ ਨਨਕਾਣਾ ਸਾਹਿਬ ਪਹੁੰਚੇ। ਜਦੋਂ ਜਥਾ ਗੁਰਦੁਆਰਾ ਸਾਹਿਬ ਦੇ ਪਾਸ ਪਹੁੰਚਿਆ ਤਾਂ ਉਹਨਾਂ ਨੂੰ ਰੋਕਣ ਲਈ ਸਰਦਾਰ ਦਲੀਪ ਸਿੰਘ ਜੀ ਦਾ ਭੇਜਿਆ ਬੰਦਾ ਜਥੇ ਨੂੰ ਮਿਲਿਆ। ਉਸਨੇ ਜਥੇ ਨੂੰ ਮੋੜਨ ਵਾਸਤੇ ਬੜਾ ਜ਼ੋਰ ਲਾਇਆ, ਪਰ ਭਾਈ ਲਕਸ਼ਮਣ ਸਿੰਘ ਧਾਰੋਵਾਲੀ ਨੇ ਉੱਤਰ ਦਿੱਤਾ, ਅਸੀਂ ਅਰਦਾਸਾਂ ਸੋਧ ਕੇ ਆਏ ਹਾਂ, ਹੁਣ ਗੁਰਦੁਆਰੇ ਦੇ ਦਰਸ਼ਨ ਜ਼ਰੂਰ ਕਰਨੇ ਹਨ, ਪਿੱਛੇ ਨਹੀਂ ਮੁੜਨਾ। 20 ਫਰਵਰੀ 1921 ਈਸਵੀ ਨੂੰ ਭਾਈ ਲਕਸ਼ਮਣ ਸਿੰਘ ਜੀ ਧਾਰੋਵਾਲੀ ਲਗਭਗ 200 ਸਿੰਘਾਂ ਦੇ ਜਥੇ ਨਾਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨ ਅਤੇ ਗੁਰਦੁਆਰਾ ਸਾਹਿਬ ਨੂੰ ਐਬੀ ਨਾਰਾਇਣ ਮਹੰਤ ਦੇ ਕਬਜ਼ੇ ਤੋਂ ਮੁਕਤ ਕਰਾਉਣ ਲਈ ਸ੍ਰੀ ਨਨਕਾਣਾ ਸਾਹਿਬ ਦੇ ਅੰਦਰ ਦਾਖਲ ਹੋਏ। ਮਹੰਤ ਨੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਗੇਟ ਬੰਦ ਕਰਵਾ ਦਿੱਤੇ ਅਤੇ ਮਹੰਤ ਦੇ ਗੁੰਡਿਆਂ ਨੇ ਇਹਨਾਂ ਸਾਰੇ ਸ਼ਾਂਤਮਈ ਸਿੰਘਾਂ ਉੱਤੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਸਿੰਘਾਂ ਨੂੰ ਛਵੀਆਂ ਅਤੇ ਗੰਡਾਸਿਆਂ ਨਾਲ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ। ਉਹਨਾਂ ਦੇ ਅੱਧ ਮੋਏ ਸਰੀਰਾਂ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿੱਤੀ। ਭਾਈ ਲਕਸ਼ਮਣ ਸਿੰਘ ਜੀ ਨੂੰ ਜੰਡ ਨਾਲ ਬੰਨ੍ਹ ਕੇ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਕਈ ਗੋਲੀਆਂ ਲੱਗੀਆਂ। ਇਹਨਾਂ ਸ਼ਹੀਦ ਹੋਏ ਸਿੰਘਾਂ ਵਿੱਚ ਇੱਕ 8-9 ਸਾਲ ਦਾ ਬਾਲ ਭਾਈ ਦਰਬਾਰਾ ਸਿੰਘ ਜੀ ਵੀ ਸੀ।
जो अपने पिता सरदार केहर सिंह जी दे नाल इस शहीदी जथे विच शामिल होया। दरबारा सिंह नूं छोटी उम्र विच ही गुरबाणी नाल अथाह प्यार सी। ओह अजे सिर्फ 21 दिनां दा ही सी जदों उस दी माता जी अकाल चलाणा कर गए। उस दे दादी जी ने उस नूं गुरू साहिबाना साहिबजादियां अते सिंघां सिंघणियां दियां साखियां सुना के वड्डा कीता सी। उन्हां दिनां विच हर पिंड विच गुरद्वारियां नूं महंतां तों आजाद करवाउण दा प्रचार हो रहा सी। समुची कौम ने अनुभव कर लिया सी कि गुरद्वारियां नूं शहीदियां दे के ही आजाद करवाया जा सकता है। जदों भाई दरबारा सिंह जी के पिता सरदार केहर सिंह जी ने शहीदी जथे विच शामिल होने लई अपना नाम लिखवाया तो भाई दरबारा सिंह जी ने भी कहा कि बापू मैं भी तेरे नाल शहीद होवांगा। इस तरह ही वह अपने पिता जी के नाल इस जथे विच शामिल हो के श्री ननकाणा साहब पहुँचा। जदों महंत दे गुंडियां ने जथे उपर गोलियां दी बुछाड़ कीती तां कुछ सिंघां ने दरबारा सिंह नूं गुरद्वारे दे अंदर मौजूद एक अलमारी विच लुको दिता, पर उह अलमारी दे अंदरों भी यही पुकार रहा सी कि मैं भी बापू जी दे नाल शहीद होवांगा। सारे सिंघां दी शहीदी उपरंत महंत दे गुंडे जदों दरबार हाल दे अंदर गए तां उन्हां नूं अलमारी विचों कुछ आवाज़ां सुनाई दित्तियां। उन्होंने अलमारी खोली अते दरबारा सिंह नूं चुक के सड़ रहे सिंघां दे शरीर उपर सुट दिता, जिन्हां विच उसका शहीद पिता भी शामिल सी। इस तरह उसका अपने पिता जी दे नाल शहीदी पाउण दा प्रण पूरा हो गया। अगली सवेर मिति 21 फरवरी 1921 ईस्वी नूं सरदार करतार सिंह झब्बर जी का जथा अते होर सैकड़े सिख श्री ननकाणा साहब पहुँच गए। सिख संगतां दे भारी रोह अगे झुकदिआं अंग्रेज सरकार ने गुरद्वारा श्री ननकाणा साहब का प्रबंध श्रोमणी गुरद्वारा प्रबंधक कमेटी के हवाले कर दिता। 23 फरवरी नूं सारे शहीद सिंघां दा संस्कार किया गया। सिंघां दे रोह अगे झुकदिआं सरकार नूं महंत नारायण दास अते उसके साथियों उत्ते मुकदमा चलाउणा पिया। सैशन जज ने महंत अते उसके 7 साथियों नूं फांसी दी, 8 साथियों नूं काले पानी दी अते 16 साथियों नूं 7-7 साल की कैद की सज़ा सुनाई, पर हाई कोर्ट ने महंत की फांसी की सज़ा घटा के काले पानी की कर दिती अते उसके बाकी साथियों विच्चों भी कुछ नूं सज़ा दे के बाकी सारे नूं बरी कर दिता। इस तरह गुरद्वारा सुधार लहर तहत सिंघां ने अनेकां कुरबानियां दे के होर गुरद्वारा साहिबाना का प्रबंध भी अंग्रेज़ां तों खोलिया अते गुरद्वारा साहब आज़ाद करवा के गुरमर्यादा नूं बहाल कीता। सो यह सी संखेप इतिहास साका श्री ननकाणा साहब जी का जो असी आप संगत दे नाल सांझा कीता है। संगत जी इतिहास बोलदिआं जेकर कोई भी भुल चुक हो गई होवे तां असी आप जी दे कोलों माफ़ी मंगदे हाँ। वाहिगुरू जी का खालसा, वाहिगुरू जी की फतह।